2019 ਚ ਸਰਕਾਰ ਪਾਸਿਆ ਕ੍ਰਿਸ਼ੀ ਕਾਨੂੰਨ ਬਣਾਏ ਗਏ ਇਹ ਪਰ ਅੱਜ ਬੜਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਰਾਸ਼ਟਰੀ ਸੰਬੋਧਨ ਕਰਦੇ ਹੋਏ ਗਲਾਇਆ ਜੇ ਇਹ ਕ੍ਰਿਸ਼ੀ ਕਾਨੂੰਨ ਜਿਹੜੇ ਇਹ ਸਰਕਾਰ ਨੇ ਵਾਪਸ ਲੈ ਲੈ ਇਸ ਕਾਨੂੰਨ ਜਿਹੜੇ ਵਾਪਸ ਲੈਦਨ ਇਸ ਸਰਵੰਦਾ ਚਸ ਗੱਲਬਾਤ ਕਰਾ ਕਰਨਿਆ ਸਾਰੇ ਕੰਨ ਜੀ ਐਨ ਕੇ ਕਿਸਾਨ ਕਾਉਂਸਲ ਦੇ ਚੇਅਰਮੈਨ ਮੰਤ ਰਜੇਸ਼ ਬਿਟੂਰ ਤੋਂ ਮੰਤ ਜੀ ਸਿੱਧੀ ਲਕੀਰ ਚ ਤੁੰਦਾ ਤੁੰਦਾ ਬਹੁਤ ਬਹੁਤ ਸਵਾਗਤ ਹੈ ਮਹਾਰਾਜ ਜੀ ਤੁਸਾਂ ਸਾਹਮਣੇ ਬੁਲਾਇਆ ਅੱਜ ਅਮਾਤ ਜੀ ਸਰਕਾਰ ਨੇ ਜਿਹੜੇ ਇਹ ਖੇਤੀ ਕਾਨੂੰਨ ਅੱਜ ਵਾਪਸ ਲੈ ਲਏ ਤੇ ਤ ਉਸ ਕਿਸ ਨਜ਼ਰ ਕਰਨੇ ਦੇ ਬੜਾ ਇੱਕ ਸراہਨਯੋਗ ਕਦਮ ਹੈ ਲੇਕਿਨ ਕਾਨੂੰਨ ਵਾਪਸ ਲੈ ਲਏ ਜਿਹੜੇ ਕਾਨੂੰਨ ਅਜੇ ਇੰਪਲੀਮੈਂਟ ਨਹੀਂ ਹੋਏ ਜੈਨ ਅਜੇ ਬਣੇ ਹੈ ਤੇ ਉਸਲੇ ਬਿਰੋਜ ਸ਼ੁਰੂ ਹੀ ਆ ਕਿਸਾਨਾਂ ਦੇ ਤਰਫਾ ਇੱਕੋ ਗੱਲ ਰਹੀ ਕਿ ਸਾਨੂੰ ਪੁੱਛ ਲੈnde ਸਾਨੂੰ ਪੁੱਛੀਏ ਬਣਾਉਂਦੇ ਤੇ ਕੋਈ ਗੱਲ ਨਹੀਂ ਵੀ ਕੇ ਕੇ ਵਿੱਚ ਹੈ ਲੇਕਿਨ ॠषि ਔਰ ਕ੍ਰਿਸ਼ੀ ਮੁਲਕ ਪ੍ਰਧਾਨ ਹਿੰਦੁਸਤਾਨ ਹੈ ਇੱਥੇ ਬੜੇ ॠषि ਰਹੇ ਔਰ ਕ੍ਰਿਸ਼ੀ ਖੇਤਰ ਚ ਕੰਮ ਕਰਨ ਵਾਲੇ ਅੰਗਰੇਜ਼ੇ ਵੇਲੇ ਅਗਰ ਦੇਖਿਆ ਜਾ ਜਿਲੇ ਕਾਨੂੰਨ ਬਣਦੇ ਹੈ ਤੇ ਅੰਗਰੇਜ਼ ਛੋਟੂ ਰਾਮ ਜੀ ਕੀ ਇੱਕ ਵਾਰੀ ਪੁੱਛਿਆ ਕਿ ਮਾਰੇ ਕਿਹੜੇ ਕਿਹੜੇ ਕਾਨੂੰਨ ਬਣਾਣੇ ਜਿਨੇ ਕੀ ਬਾਅਦ ਚ ਸਰਦਾ ਵੀ ਉਹਨੇ ਖਿਤਾਬ ਦਿੱਤਾ ਇੱਕ ਖਿਤਾਬ ਕਉਨੇ ਦਿੱਤੇ ਅੰਗਰੇਜ਼ੇ ਜਾ ਉਹ ਸਰ ਗੰਗਾ ਰਾਮ ਨੇ ਜਾਂ ਸਰ ਛੋਟੂ ਰਾਮ ਨੇ ਲੇਕਿਨ ਸਰ ਛੋਟੂ ਰਾਮ ਜੀ ਨੇ ਕਿਸਾਨੇ ਦੇ ਪ੍ਰਤੀ ਬਣਾਏ ਕਾਨੂੰਨ ਕਿ ਇਹ ਜੇ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਪ੍ਰਧਾਨ ਮੰਤਰੀ ਜੀ ਨੇ ਵਾਪਸ ਤੇ ਕੀਤੇ ਪਰ ਬੜੇ ਟਾਈਮ ਲੱਗੀ ਆ ਲੇਕਿਨ ਇੱਕ ਚੀਜ਼ ਦੇਖੋ ਦੀ ਸੋਚ ਕਿ ਅਗਰ ਕਿਸਾਨੇ ਕੀ ਮੇਰੇ ਮੁਲਕ ਚ ਰੋਣੇ ਵਾਲਾ ਜਿਹੜਾ ਕਿਸਾਨ ਹੈ ਅਗਰ ਉਸੇ ਹੀ ਪਸੰਦ ਨਹੀਂ ਹੈ ਤੇ ਫਿਰ ਕਿਹ ਤੇ ਲਾਣੇ ਕਾਨੂੰਨ ਇਹੜੇ ਅੱਜ ਉਹਨੇ ਸਿਰ ਸਿਰ ਆਖਿਆ ਕਿ ਮਾਰੇ ਆਣੇ ਵਾਲੀ ਪਾਰਲੀਮੈਂਟ ਸੈਸ਼ਨ ਜਿਹੜਾ ਲੱਗਦਾ ਤੇ ਪਹਿਲਾ ਕੰਮ ਗਈ ਹੋਣਾ ਕਿ ਅਸੀਂ ਵਾਪਸ ਲੈ ਲੈਣਾ ਇਦਾ ਮਤਲਬ ਇਹ ਕਿ ਸਰਕਾਰ ਦੇਰ ਆਏ ਪਰ درست ਆਏ ਸਮਝੀ ਪਈ ਬਾਕੀ ਐ ਕਿ ਕੁਝ ਤਾਂ ਕਮੀਆਂ ਹਨ ਲੇਕਿਨ ਜਦੋਜਾਦ ਕਰਨ ਵਾਲੇ ਲੋਕਾਂ ਵੀ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਜੇ ਚ ਸਮੇਂ ਸਭਾ ਕਿਸਾਨਾਂ ਨੇ ਜਿਹੜੀ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੀ ਵੀ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਚਾਹੇ ਉਹ ਮੈਂਬਰ ਆ ਪਾਰਲੀਮੈਂਟ ਦੇ ਪਾਰਲੀਮੈਂਟ ਉਸ ਦੇ ਅੰਦਰ ਦੇਣੀ ਹੋਵੇ ਜਾਂ ਕਿਸਾਨ ਸੰਗਠਨਿਕ ਨੇ ਬਈਏ ਦੇਣੀ ਹੋਵੇ ਜਿਹਨੇ ਆਪਣੀ ਜਾਨ ਗਵਾਇ ਦੀ ਹੈ ਉਹਦੇ ਪ੍ਰਤੀ ਵੀ ਬੜੀ ਸਹਾਨੂੰਭੂਤੀ ਰੱਖਣੀ ਪਉਣੀ ਹੈ ਮਾਨਤਜੀ ਕਿਆ ਇਹ ਸਰਕਾਰ ਦੀ ਮਜਬੂਰੀ ਹੀ ਜਾਂ ਕਿਸ਼ ਹੋ ਰਹਾ ਕੀ ਕੇ ਸਰਕਾਰ ਦੀ ਮੰਸ਼ਾ ਹੀ ਕਿ ਇਹਨੇ ਕਾਨੂੰਨ ਦੇ ਮਾਧਿਅਮ ਕੰਨਾ ਜਿਹੜਾ ਸੜਾ ਕਿਸਾਨ ਵਰਗ ਹੈ ਉਸਗੀ ਫਾਇਦਾ ਦਿੱਤਾ ਜਾ ਵੈਸੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਾ ਇਹ ਸੁਖਣਾ ਹ ਕਿ 2022 ਤੱਕ ਕਿਸਾਨਾਂ ਦੀ ਜਿਹੜੀ ਆਉਂਦਨ ਹੈ ਉਹ ਦੁਗਣੀ ਕਰਨੀ ਹੈ ਉਸ ਸਗੇ ਮੱਦੇ ਨਜ਼ਰ ਰੱਖਦੇ ਹੋਈ ਸਰਕਾਰ ਦਾ ਆਖਣਾ ਕਿ ਇਹ ਕਾਨੂੰਨ ਬਣਾਏ ਗਏ ਪਰ ਵਾਪਸ ਕੀ ਦੇਖੋ ਗੱਲ ਇਹ ਹੈ ਕਿ ਇੱਕ ਚੀਜ਼ ਉਹਨੇ ਮੰਨੀ ਹੈ ਕਿ ਵੀ ਕੁਝ ਗਲਤੀਆਂ ਵਿੱਚ ਉਹ ਹੀ ਦੀਆਂ ਨੇ ਲੇਕਿਨ ਜੇ ਲੇ ਕਾਨੂੰਨ ਵਾਪਸ ਹੋਈ ਹੈ ਨਾ ਫਿਰ ਉਹਦੇ ਚ ਇਹ ਲੱਗਦਾ ਹੈ ਕਿ ਦੇਖੋ ਅੱਜ ਖੁਸ਼ੀ ਦਾ ਮਹੌਲ ਟੋਲ ਵੱਜਾਏ ਮਾਰੇ ਜੇ ਲੇ ਟੋਲ ਵੱਜਦਾ ਹੈ ਦਾ ਮਤਲਬ ਇਹ ਹੈ ਕਿ ਕਿਸਾਨ ਖੁਸ਼ ਨੇ ਤੇ ਟੋਲ ਵੱਜਣ ਦੀ ਇੱਕ ਹੋਰ ਵੀ ਬੜੀ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਸਾਡੇ ਜ਼ਿਮੀਂਦਾਰ ਦੋ ਵੇਲੇ ਬਜਾਂਦੇ ਹੈ ਇੱਕ ਜੇ ਲੇ ਸੋਗਾ ਕਰਨਾ ਹੋਵੇ ਕੋਈ ਪਿੰਡ ਗਰਾਏ ਸੋਗਾ ਕਰਨਾ ਹੈ ਕੋਈ ਚੰਗੀ ਚੀਜ਼ ਸੁਣਾਣੀ ਹੈ ਤੇ ਟੋਲ ਵਜਾਂਦੇ ਟੰਡੋਰਾ ਰੱਖਦੇ ਸੀ। ਪਰ ਟੰਡੋਰਾ ਫੇਰਿਆ। ਡੋਂਡੀ ਟੰਡੋਰਾ। ਸਾਡੇ ਜੋਗੀ ਸੰਬਰਦਾਏ ਦੇ ਲੋਕ ਟੋਲ ਵਜਾਂਦੇ ਹੈ ਤੇ ਟੰਡੋਰਾ ਫੇਰਦੇ ਕਿ ਮਹਾਰਾਜ ਅੱਜ ਇੰਨੀ ਖੁਸ਼ੀ ਹੋਈ ਕਿਸਾਨੇ ਦੀ ਕਿ ਜਿਹੜਾ ਉਹ ਆਪਣੇ ਢੋਲ ਦੀ ਥਾਪ 'ਤੇ ਨੱਚਦੇ ਗਾਦੇ ਨੇ। ਬਾਹਰ-ਬਾਹਰ ਦੇਖੋ ਤੁਸੀਂ ਟੋਲ ਵਜਾ। ਇਹਦੇ ਕੰਨੇ-ਕੰਨੇ ਕੱਲ ਮੈਂ ਆਖ ਗਿਆ ਸਾਗਰ ਜੀ ਕਿ ਇੱਕ ਨਰਿੰਦਰભાઈ ਮੋਦੀ ਜੀ ਦੀ ਜਿਹੜੀ ਇੱਕ ਆਖਣਾ ਸਵਿਰਸਰ ਹੈ। ਕਿਆ ਤੁਸੀਂ ਤੋਹਫਾ ਦੇ ਰਹੇ ਆ ਇੱਕ ਪਾਸੇ ਦੂਏ ਪਾਸੇ ਜਿਹੜੇ ਵਿਰਖਸ਼ੇ ਤੇ ਲੋਕ ਇਹ ਉਹਦੇ ਵਾਸਤੇ ਵੀ ਗਲਾਇਆ ਗਿਆ ਕਿ ਇਹਨੇ ਕਿਸਾਨਾਂ ਦੀ ਵਿਪੱਖਸ਼ ਬੜੀ سپورਟ ਕਰਾਦਾ ਉਹਨੂੰ ਕੁਦਾ ਇਹ ਵੀ ਗੱਲ ਆ ਜਾਂਦੀ ਕਿ ਸ਼ਾਇਦ ਵਿਪੱਖਸ਼ ਆ ਕੇ ਆਸ ਜੀਤੀ ਹੈ ਇਹ ਹੋਣਾ ਹੈ ਰਾਜਨੀਤੀ ਮੁੱਦਾ ਤੇ ਬਣਨਾ ਹੈ ਭਾਈ ਮਾਰੇ ਅਸੀਂ ਜੀਤੀਏ ਇਹ ਜੇ ਤਾਰ ਵਾਲੀ ਗੱਲ ਨਹੀਂ ਹੈ ਨਾ 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 ਇਕ ਜੇ ਤਾਰ ਦੀ ਗੱਲ ਅger ਹੁੰਦੀ ਤੇ ਫਿਰ ਤੁਸੀਂ ਦੇਖਦੇ ਕਿ ਮਹਾਰਾਜ ਨਰਿੰਦਰਭਾਈ ਮੋਦੀ ਆਪਣੇ ਕੰਨਿਆ ਖਿਹਲਾਰ ਦੇ ਖੇਤੀ ਮੰਤਰੀ ਆਪਣੇ ਕਮਿਸ਼ਨਰ ਸੈਕਟਰੀ ਖਿਹਲਾਰ ਦੇ ਸਾਰੇ ਖਿਹਲਾਰ ਦੇ ਉਹਨੇ ਆਖਿਆ ਨਹੀਂ ਮੈਂ ਸਮਝੀ ਲਿਆ ਜਿਲੇ ਇਸ ਮੁਲਕ ਦਾ ਮੁਖੀ ਇਹ ਨੇ ਗੱਲ ਆਖੀ ਜਿਹੜਾ ਮੁਖ ਸੇਵਾਦਾਰ ਜਿਹੜਾ ਆਪਣੇ ਆਪ ਕੀ ਆਸਦੇ ਨਰਿੰਦਰਭਾਈ ਮੋਦੀ ਜੀ ਉਹਨੇ ਗੱਲ ਆਖੀ ਕਿ ਆਜ ਦੇ ਬਾਅਦ ਮੈਂ ਅਨਾਉਂਸ ਕਰਨਾ ਗੁਰੂਪੁਰਬ ਦੇ ਪਰਬ ਦੇ ਉੱਪਰ ਕਿ ਮਹਾਰਾਜ ਕਿਸਾਨ ਜਿਹੜੇ ਨੇ ਇਸ ਗੱਲ ਲਈ ਪੱਕੀ ਗੱਲ ਸਮਝੀ ਲੈਣ ਕਿ ਅਸੀਂ ਇੱਕੜੇ ਕਾਨੂੰਨ ਵਾਪਸ ਲੈ ਲੇ ਪਰ ਕਾਨੂੰਨ ਲਾਗੂ ਨਹੀਂ ਹੋਏ ਦਿਆਂ ਜਿਹੜੇ ਉਹ ਵਾਪਸ ਲੈ ਲੇ ਲੇਕਿਨ ਵਿਪਖਸ਼ਾਲੇ ਇੰਗਨੇ ਚੀਆ ਦੇ ਅਜ ਕਿ ਕਾਲਾ ਕਾਨੂੰਨ ਵਾਪਸ ਹੋਈ ਆ ਕਾਲਾ ਇਹ ਰੰਗ ਖਰੇ ਕੋਥੋਂ ਲੈ ਲੈਂਦੇ ਨੇ ਕਾਲਾ ਪੀਲਾ ਹਾਲੀਕੇ ਕਾਨੂੰਨ ਲਾਗੂ ਤੇ ਹੋਏ ਦਾ ਜਿਹੜੇ ਲਾਗੂ ਨਹੀਂ ਹੋਇਆ ਤੇ ਕਾਲਾ ਪੀਲਾ ਨਹੀਂ ਲੱਗੀ ਹੋਇਆ ਜੀ ਪ੍ਰਧਾਨ ਮੰਤਰੀ ਜੀ ਨੇ ਕਾਨੂੰਨ ਲਾਗੂ ਕਰਨੇ ਕੋਲੋਂ ਪਹਿਲਾ ਜਿਹੜੇ ਵਾਪਸ ਲੈ ਨੇ ਇੱਕ ਕਿਸਾਨੇ ਦੀ ਵਾਕਿਆ ਹੀ ਜਿੱਤ ਹੈ ਕਿਸਾਨੇ ਦੀ ਗੱਲ ਕਰਗਾ ਮੈਂ ਕਿਸਾਨੇ ਜਿੱਤ ਹੈ ਜਿਹੜੇ ਲੋਕ ਆਪਣੇ ਬੱਚੇ ਦੇ ਸਮੇਤ ਰੇੜੀਆਂ ਗੱਡੇ ਦੇ ਸਮੇਤ ਟੱਗੇ ਦੇ ਸਮੇਤ ਸੰਡੇ ਦੇ ਸਮੇਤ ਵੀ ਲੋਕ ਉੱਥੇ ਬੈਈਏ ਔਰ ਠੰਨੇ ਚ ਵੀ ਰੇ ਬਰਖੇ ਚ ਵੀ ਰੇ ਉਹ ਜਿਹੜੀ ਸਾਡੀ ਇੱਕ ਸਮੂਹ ਬਣੇ ਦਾ ਉਥੇ ਕਿਸਾਨੇ ਦਾ ਜਿਨੇ ਇੱਕ ਜਦੋਜਾਦ ਕੀਤੀ ਉਹਨੇ ਕੀ ਬਹੁਤ ਬਹੁਤ ਸਾਧੂਬਾਦ ਔਰ ਬਹੁਤ ਬਹੁਤ ਮੁਮਾਰਕ ਹੈ ਕਿ ਜਿਨੇ ਇੱਕ ਲੜਿਆ ਲੇਕਿਨ ਜਿਹੜੇ ਕਾਲੇ ਪੀਲੇ ਅੱਖਾਂ ਦੇ ਤੋ ਮੀ ਹੁੰਦੀ ਸਮਝ ਨਹੀਂ ਆ ਬਾਈ ਬਈ ਤੋਸ ਤੇ ਏਸੀਆਂ ਚ ਬੈਠੇ ਦੇ ਤੋਸ ਤੇ ਦਿੱਲੀ ਦਾ ਆਪਣੇ ਘਰੇ ਜਾਣੇ ਨਿਕਲੇ ਬਾਹਰ ਤੇ ਅੱਜ ਕਾਲਾ ਕਾਨੂੰਨ ਤੇ ਪੀਲਾ ਕਾਨੂੰਨ ਲੈ ਪਿਓ ਆਖਣ ਆ ਉਹ ਨੱਚੀ ਸਕਦੇ ਬਸਾਖੀ ਅੰਗਰ ਪੰਗੜਾ ਪਾਈ ਸਕਦੇ ਨੇ ਜਿਹਨੇ ਲੋਕਾਂ ਜਦੋਜਾਦ ਕੀਤੀ ਔਰ ਪ੍ਰਧਾਨ ਮੰਤਰੀ ਉਹਦੀ ਗੱਲ ਸੁਣ ਲਈ ਆ ਮੰਤਜੀ ਸਰਕਾਰ ਦੀ ਮੰਛਾ ਹੀ ਇਹ ਜਿਹੜੇ ਕਾਨੂੰਨ ਔਰ ਸਰਕਾਰ ਦੇ ਜਿਹੜੇ ਨੁਮਾਇੰਦੇ ਜਾਂ ਮੰਤਰੀ ਹੈ ਉਹਨੇ بار-बार ਇਹ ਆਖਿਆ ਕਿ ਇਹ ਜਿਹੜੇ ਕਾਨੂੰਨ ਨਾ ਕੀ ਕੇ ਸਾਡਾ ਮੋਲਕ ਜਿਹੜਾ ਖੇਤੀ ਪ੍ਰਧਾਨ ਮੋਲਕ ਹੈ ਔਰ ਅਸੀਂ ਦੇਖਨੇ ਆ ਪਈ ਅਰ ਸਾਲ ਅਰ ਬਾਰੀ ਅਰ ਮੌਸਮ ਵਿੱਚ ਸਾਡਾ ਕਿਸਾਨ ਜਿਹੜਾ ਆਤਮ ਅਤੇ ਲਗਾਤਾਰ ਕੜਾ ਕਰਦਾ ਔਰ ਇਹ ਜਿਹੜਾ سلسلہ ਹੈ ਇਹ ਆਜ਼ਾਦੀ ਦੇ ਬਾਅਦ ਤੋਂ ਚੱਲਦਾ ਆਵਾ ਕਰਦਾ ਉਹਨੇ ਉਂਦਾ ਆਖਣਾ ਜੇ ਇਹ ਜਿਹੜਾ ਕਾਨੂੰਨ ਜਿਹੜੇ ਖੇਤੀ ਕਾਨੂੰਨ ਬਣਾਏ ਗਏ ਇਸ ਕਨੇ ਕਿਸਾਨ ਨੇ ਬਹੁਤ ਜ਼ਿਆਦਾ ਫਾਇਦਾ ਹੋਗਾ ਪਰ ਦੂਈ ਬਕੀ ਜਿਹੜੇ ਕਿਸਾਨ ਹੇ ਜਾਂ ਵਿਪੱਖਸ਼ੀ ਦਲ ਵੀ ਜਿਹੜੇ ਹੁੰਦੀ ਸਮਰਥਨ ਕਰਾ ਕਰਦੇ ਉਹਦਾ ਆਖਣਾ ਕਿ ਇਹ ਜਿਹੜਾ ਕਾਨੂੰਨ ਹੈ ਇਹ ਕਾਲਾ ਕਾਨੂੰਨ ਹੈ ਇਹ ਪੇਚ ਕੀ ਹ ਜਿਹੜਾ ਕਿਸਾਨ ਨੇਗੀ ਨਹੀਂ ਸ਼ੈਲ ਲਗਾ ਕਰ ਗੱਲ ਇਹ ਦੇਖੋ ਮੈਂ ਤੁਹਾਨੂੰ ਸੁਣਾ ਕਿ ਦੋ ਵਾਰ ਢੋਲ ਬੰਦ ਕਰਾਇਆ ਲੇਕਿਨ ਢੋਲ ਫਿਰ ਵੱਜਣਾ ਸ਼ੁਰੂ ਹੀ ਆ ਕੋਸ਼ਿਸ਼ ਨਾ ਕਿਸਾਨ ਅੱਜ ਮੇਗ ਅਲਖਾ ਦਾ ਸ੍ਰਿੰਦਰ ਜੀ ਕੇ ਜਿਹੜੇ ਕਿਸਾਨ ਨੇ ਤੁਸੀਂ ਗੱਲ ਕਰਾ ਦਿਓ ਉਹ ਕਿ ਜਾਂ ਜਿਹੜੀ ਵਿਪੱਖਸ਼ੀ ਦੀ ਥਾ ਗੱਲ ਚਲਾਦੀ ਹੈ ਇਹ ਕਿਹੜੇ ਭੇਚੇ ਵਿਚਾਰੇ ਨੇ ਜਿਹੜੇ ਕਿਸਾਨੀ ਕੀ ਮਨਜ਼ੂਰ ਨਹੀਂ ਮੇਹ ਗੱਲ ਆਖਿਆ ਕਿ ਇੱਕ ਚੀਜ਼ ਮੰਨੀ ਲਈ ਉਹਨੇ ਗੱਲ ਆਖੀ ਕਿ ਮਾਰੇ ਸਾਨੂੰ ਇਹ ਕਾਨੂੰਨ ਨਹੀਂ ਪਸੰਦ ਆਣ ਜਿਹਦੇ ਵਾਸਤੇ ਤੁਸੀਂ ਲਾਗੂ ਕਰਾ ਰਹੇ ਹੋ ਜਿ ਲਿਆਉਣੇ ਕੀ ਪਸੰਦ ਨਹੀਂ ਆਣ ਇਹ ਗੱਲ ਪ੍ਰਧਾਨ ਮੰਤਰੀ ਨੇ ਸਮਝ ਲਈ ਕਿ ਭਾਈ ਮੈਂ ਜਿਹਦੇ ਵਾਸਤੇ ਕਰਾਦਾ ਮੈਂ ਗਰੀਬੇ ਵਾਸਤੇ ਕਰਾਦਾ ਮੈਂ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਨੂੰ ਸਲੰਡਰ ਦਿੱਤੇ ਲੋਕ ਮੰਨੀਏ ਲੋਕਾਂ ਦੀ ਜਿਹੜੀਆਂ ਮੈਂ ਸਕੀਮਾਂ 2000 ਰੁਪਿਆ 6000 ਰੁਪਿਆ ਕਿਸਾਨਾਂ ਦੇ ਆਦਾ ਕਿਸਾਨ ਮੰਨੀਏ ਅਗਰ ਵਿਧਵਾ ਪੈਨਸ਼ਨ ਹੈ ਜਾਂ ਬਜ਼ੁਰਗਾਂ ਦੀ ਪੈਨਸ਼ਨ ਹੈ 200 ਕੋਲ 1000 ਰੁਪਏ ਕੀਤੀ ਲੋਕ ਮੰਨੀ ਹੈ ਅਗਰ ਕਿਸਾਨ ਨਹੀਂ ਮੰਨੇ ਪ੍ਰਧਾਨ ਮੰਤਰੀ ਦੀ ਸੋਚ ਇਹ ਗੱਲ ਆਈ ਵੀ ਜਿੰਦੇ ਵਸ ਮੈਂ ਕਰਾਂਦਾ ਅਗਰ ਉਹਨੇ ਹੀ ਪਸੰਦ ਨਹੀਂ ਹੈ ਤੇ ਮੈਂ ਕਹਿ ਲਾਂ ਸੀ ਕਾਨੂੰਨ ਹੈ ਉਹਨੇ ਵਾਪਸ ਲੈ ਲੇ ਲੇਕਿਨ ਜਿਹੜੇ ਵਿਪਕਸ਼ ਵਾਲੇ ਆਖਦੇ ਨੇ ਕਾਲਾ ਕਾਨੂੰਨ ਤੇ ਪੀਲਾ ਕਾਨੂੰਨ ਤੇ ਨੀਲਾ ਕਾਨੂੰਨ ਇਹ ਰੰਗ ਖਰੇ ਕਿਹੜੇ ਲਾਰੀ ਕੋਲ ਲਈ ਆਦੇ ਨੇ ਆ ਮੰਤ ਜੀ ਜਿਹੜੇ ਕਾਨੂੰਨ ਇਹ ਵਾਪਸ ਲੈ ਤੇ ਇਹ ਤੇ ਪਹਿਲਾਂ ਵੀ ਲੈਤਾ ਜਾ ਸਕਦਾ ਹਾ ਪਰ ਕੀ ਆਉਣ ਵਾਲੇ ਜਿਹੜੇ ਵਿਧਾਨ ਸਭਾ ਦੇ ਚੋਣਾਂ ਵਨ ਕਈ ਰਿਆਸਤਾਂ 'ਚ ਉਸਗੀ ਦਿਖਦੇ ਹੋ ਇਹ ਕਾਨੂੰਨ ਵਾਪਸ ਨਹੀਂ ਲਾਤੇ ਭਾਈ ਕਿਸਾਨ ਬੋਟ ਨਹੀਂ ਪਾੰਗਣ ਦੇਖੋ ਮਾਰੇ ਗੱਲ ਇਹ ਆ ਕਿ ਜਦੋਂ ਤੇਲ ਸਸਤਾ ਹੋਇਆ ਇਹ ਲੈ ਪਿਆਖਣ ਜੀ ਮਾਚਲ ਚ ਹਰੀਏ ਨੇ ਤਾਂ ਹੋਇਆ ਜੂਪਿ ਚ ਇਲੈਕਸ਼ਨ ਹੋ ਵਧੀਏ ਜੀ ਤਾਂ ਹੋਇਆ ਅੱਜ ਕਾਨੂੰਨ ਵਾਪਸ ਲੈਤੇ ਇੰਜ ਪੰਜਾਬ ਚ ਇਲੈਕਸ਼ਨ ਤਾਂ ਹੋਇਆ ਦੇਖੋ ਕੋਈ ਬੰਦਾ ਕਈ ਵਾਰੀ ਆਖੀ ਉੱਡਦੇ ਨੇ ਵੀ ਜਿੱਲੇ ਕੁਸਾ ਦੀ ਬੱਚਨੇ ਦੀ ਮਰਜ਼ੀ ਨਹੀਂ ਹੋਇਆ ਤੋ ਵਸ ਨੇ ਜੀ ਤੁੰਦਾ ਬੇੜਾ ਡਿੰਗਾ ਜੀ ਇਹ ਜੇ ਲਾਈ ਰੱਖਿਆ ਤੇ ਮੋਦੀ ਸਾਹਿਬ ਮਾਰੇ ਗਲਤ ਹੈ ਜੇ ਉਹ ਵਾਪਸ ਲੈਂਦਾ ਤੇ ਆਖਿੜ ਦੇ ਮਾਰੇ ਉਹ ਚਨਾਵ ਨਾਵਾ ਦੇ ਤਾਂ ਇਹਨੇ ਵਾਪਸ ਕੀਤੇ ਨੇ ਆਖੜ ਦਾ ਭਾਵੇਂ ਇਹ ਰਾਜਨੀਤੀ ਗੱਲਾਂ ਨੇ ਲੇਕਿਨ ਗੱਲ ਇਹ ਹੈ ਕਿ ਜਿਹੜੀ ਜੱਦੋਜਾਤ ਮੇਰਾ ਕਿਸਾਨ ਬਈਏ ਕਰਾਦਾ ਅੱਜ ਉਹਦੀ ਜਿੱਤੋ ਹੀ ਹੈ 100% ਉਹਦੀ ਜਿੱਤੋ ਹੀ ਹੈ ਮੈਂ ਡੰਕੇ ਦੀ ਚੋਟ ਪਰ ਆਗਾ ਕਿ ਕਿਸਾਨ ਜਿੱਤੇ ਨੇ ਲੇਕਿਨ ਜਿਤਾਣ ਵਾਲਾ ਕੋਣ ਆ ਨਰਿੰਦਰભાઈ ਮੋਦੀ ਜਿਨੇ ਉਹਦੀ ਗੱਲ ਮੰਨੀ ਨਹੀਂ ਲਈ ਅੱਜ ਕਾਨੂੰਨ ਵਾਪਸ ਹੋਈਏ ਲੇਕਿਨ ਮੇਦ ਬੜੀ ਹੈ ਉਮੀਦ ਬੜੀ ਹੈ ਕਿ ਇਸ ਪਾਰਲੀਮੈਂਟ ਦੇ ਅੰਦਰ ਤੇ ਉਹ ਵਾਪਸ ਲਈ ਲੰਘਣ ਲੇਕਿਨ ਇਹਦੇ ਕਨੇ ਕਨੇ ਮੈਂ ਇਹ ਗੱਲ ਆਖਣਾ ਚਾਹੁੰਦਾ ਕਿ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਕਰਨੀਆਂ ਪ੍ਰਧਾਨ ਮੰਤਰੀ ਦੀ ਬਹੁਤ ਜ਼ਰੂਰੀ ਨੇ ਔਰ ਵੀਆਂ ਨੇ ਜੇ ਬੜੀਆਂ ਜੇ ਕਿਹੜੀਆਂ ਤਸਵੀਰ ਸਾਡੇ ਜੰਮੂ ਕਸ਼ਮੀਰ ਦੇ ਅੰਦਰ ਜਿਵੇਂ ਤੁਸੀਂ ਗੱਲ ਕੀਤਾ ਕਿ ਕਾਨੂੰਨ ਵਾਪਸ ਹੋਏ ਇਹ ਤੁਸੀਂ ਜੰਮੂ ਦੇ ਪਾਰ ਜਿਹੜੀਆਂ ਇਹ ਗੱਲਾਂ ਚਲੀਆਂ ਹੋਣ ਲੇਕਿਨ ਇੱਕ ਚੀਜ਼ ਤੁਸੀਂ ਮੰਨਦੇ ਹੋ ਕਿ ਜੰਮੂ ਕਸ਼ਮੀਰ ਦੇ ਅੰਦਰ ਕਿਸਾਨ ਨੇ ਕੋਈ ਐਸਾ ਰਿਐਕਟ ਇਨ ਠੀਕ ਹੈ ਜਦੋਂ ਦੀ ਇਹ ਕਾਨੂੰਨ ਵੈਸੇ ਵੀ ਤੇ ਲਾਗੂ ਉਹ ਇਹ ਗਣੀਆਂ ਆ ਜਿਹੜਾ ਸਰਕਾਰ ਨੇ ਵਾਪਸ ਲੈਤਾ ਗਿਆ ਪਰ ਮੰਤਰੀ ਜੀ ਤੁਸੀਂ ਦੱਸੋ ਕਿ ਦਫਾ 370 ਜੰਮੂ ਕਸ਼ਮੀਰ ਚ ਰਹੀ ਜਾਂ ਯੂਟੀ ਬਣਨੇ ਦਾ ਬਾਅਦ ਕਿਹਿੰ ਕਾਨੂੰਨ ਜਿਹੜੇ ਨੇ ਉਹ ਕੇਂਦਰੀਆ ਕਾਨੂੰਨ ਵੀ ਇੱਥੇ ਲਾਗੂ ਹੋਏ ਤੋ ਕੀ 370 ਕੋਲਾ ਪਹਿਲੇ ਜੰਮੂ ਕਸ਼ਮੀਰ ਚ ਕੋਈ ਐਸੇ ਕਾਨੂੰਨ ਐਨ ਜਿਹੜੇ ਕਿਸਾਨ ਕੀ ਨੁਕਸਾਨ ਪਜਾਂਦੇ ਕਾਲਾ ਕਾਨੂੰਨ ਆਖੀ ਸਕਣੇ ਸੀ ਹੁਣ ਮੈਂ ਜਿਹੜੀ ਗੱਲ ਕਰਗਾ ਉਸੇ ਕਾਲਾ ਕਾਨੂੰਨ ਆਗਾ ਕਿ ਪੂਰੇ ਭਾਰਤ ਵਰਸ ਦੇ ਅੰਦਰ ਅੱਜ ਜੰਮੂ ਦਾ ਕਿਸਾਨ ਜਿਹੜਾ ਐ ਇਸ ਲਈ ਇੰਨਾ ਦੁਖੀ ਹੈ ਇੱਕ ਮਹਿਕਮੇ ਕੋਲ ਜਿਸੇ ਮਹਿਕਮਾ ਕਸਟੋਡੀਨ ਆਖਦੇ ਨੇ ਅਗਰ ਕਾਲਾ ਕਾਨੂੰਨ ਅਗਰ ਆਖਿਆ ਜਾ ਇਧਰ ਧਿਆਨ ਨਹੀਂ ਦੇਣੇ ਗੱਲ ਹੈ ਵੀ 370 ਜਿਹੜਾ ਟੁੱਟਈ 35ਏ ਟੁੱਟਈ ਉਹ ਤਰਾ ਕਾਨੂੰਨ ਤਾਂ ਤੁਸੀਂ ਵਾਪਸ ਲੈ ਲੇ ਬੜੀ ਸਰਹਾਨੀਯਾ ਯੋਗ ਹੈ ਕਦਮ ਹੈ ਲੋਕ ਨਚਾ ਦੇ ਟਪਾ ਦੇ ਲੇਕਿਨ ਜਿਹੜਾ ਮਹਿਕਮਾ ਕਸਟੋਡੀਨ ਕੁਤੇ ਨਹੀਂ ਹੈ ਉਹ ਜੰਮੂ ਦੇ ਅੰਦਰ ਲਾਗੂ ਹੈ ਦਾ ਅੱਜ ਮੇਰੇ ਆਰਸਪੁਰਾ ਦੇ ਅੰਦਰ ਅਗਰ ਮੋਦੀ ਨਰਿੰਦਰભાઈ ਮੋਦੀ ਦੀ ਸਰਕਾਰ ਨੇ ਜਿਹੜੇ ਡਿੱਚਾ ਕੋਲ ਆ ਪਾਰ ਰੋਣੇ ਵਾਲੇ ਲੋਕਨ ਉਹਦੇ ਵਾਸਤੇ ਪੈਸੇ ਭੇਜੇ ਤਾਰ ਕੋਲ ਅੱਗੇ ਰੋਣੇ ਵਾਲੇ ਲੋਕਾਂ ਕੀ ਜਿਹੜਾ ਮੁਆਵਜ਼ਾ ਮਿਲਿਆਦਾ ਤੇ ਮਹਿਕਮਾ ਕਸਟੋਡੀਅਨ ਵਿੱਚ ਪ੍ਰੋਬਲਮ ਆਵਾਦਾ ਪੈਸਾ ਆਇਆ ਬੰਦੋਇਆ ਨਹੀਂ ਕਿਉਂ ਕਿ ਕਸਟੋਡੀਅਨ ਆਈਆ ਕਾਨੂੰਨ ਦੇ ਕਾਲਾ ਜੰਮੂ ਵਾਸਤੇ ਇਹ ਹੈ ਕਿ ਇਸ ਮਹਿਕਮੇ ਦੀ ਪੁਟੀਏ ਸੁੱਟਣਾ ਚਾਹੀਦਾ ਕੋਦਾ ਕਿ ਜਿਹੜੇ ਅੱਜ 50 50 ਸਾਲ ਦੇ 100 100 ਸਾਲ ਦੇ ਲੋਕ ਇੱਥੇ ਰੋਹਦੇ ਨੇ ਅਗਰ ਉੰਦੇ ਅੱਜ ਛੱਤ ਜਿਹੜੇ ਬਣੇ ਨੇ ਉਹਦੇ ਉੱਪਰ ਤੁਸੀਂ ਮੱਗ ਵੀ ਨਹੀਂ ਮਾਰੀ ਸਕਦੇ ਕਿਉਂਕਿ ਕਸਟੋਡੀਅਨ ਮਹਿਕਮਾ ਆਖਦਾ ਮਾਰੇ ਨਹੀਂ ਇਹ ਪ੍ਰ ਔਰ ਜਿਹੜੀ ਸਾੜੇ ਲੋਕ ਦੇਵੇ ਬਟਾਲਾ ਛੋੜੀ ਆਏ ਜਿਹੜੇ ਮੀਰਪੁਰ ਛੋੜੀ ਆਏ ਜਿਹੜੇ ਲੋਕ ਸਾੜੇ ਉਥੋਂ ਮਾਈਗ੍ਰੇਸ਼ਨ ਹੋਈ ਹੈ ਸਰ ਲੋਗ ਆਏ ਆਪਣੀ ਜ਼ਮੀਨਾਂ ਛੋੜੀ ਆਏ ਉਹ ਹੁੰਦੀ ਤੇ ਜਿਹੜੇ ਹੁੰਦੇ ਵਾਲੇ ਨੇ ਇੱਥੇ ਵੱਡੇ ਹੁੰਦੇ ਤੁਸਕੇ ਲੱਗਦੇ ਹੋ ਜੀ ਤੁਸ ਕੋਣ ਹੁੰਦੇ ਆਖਣੇ ਵਾਲੇ ਵੀ ਹੁੰਦੀ ਜ਼ਮੀਨ ਹੈ ਜੇ ਮਾਰੇ ਸੰਭੀ ਰੱਖਣੀਆਂ ਹੈ ਨਰਿੰਦਰ ਭਾਈ ਮੋਦੀ ਜੀ ਅਗੇ ਤੇ ਅੱਜ ਚੇਅਰਮੈਨ ਜੰਮੂ ਕਸ਼ਮੀਰ ਕਿਸਾਨੋ ਨੇ ਨਾਤਾ ਹੈ ਕੌਂਸਲੋ ਨੇ ਨਾਤਾ ਇੱਕ ਮੰਗ ਕਰਗਾ ਕਿ ਪੂਰੇ ਭਾਰਤ ਵਰਸ਼ ਦੇ ਅੰਦਰ ਅਗਰ ਤੁਸੀਂ ਕਾਨੂੰਨ ਵਾਪਸ ਲੈ ਲਿਆ ਇਹ ਬੜੀ ਬੜੀ ਸ਼ਾਬਾਸ਼ੀ ਹੈ ਸਰਕਾਰ ਦੀ ਲੇਕਿਨ ਜਿਹੜਾ ਕਾਨੂੰਨ 370 35ਏ ਦਾ ਤੁਸੀਂ ਬਾਦ ਵੀ ਰੱਖੇ ਦਾ ਇਹਦੇ ਪਰ ਸਰਕਾਰ ਨੇ ਗਹਿਣ ਚਿੰਤਾ ਕਰਦੇ ਹੋਈ ਇਸ ਮਹਿਕਮੇ ਦੀ ਤੁਰੰਤ ਪ੍ਰਭਾਵ ਕਰਨਾ ਜਿਹੜਾ ਆ ਉਹ ਡਿਮਾਲਿਸ਼ ਕਰਨਾ ਚਾਹੀਦਾ ਇਸ ਮਹਿਕਮੇ ਖਤਮ ਕਰਨਾ ਚਾਹੀਦਾ ਤਾਂ ਕਿ ਲੋਕ ਆਪਣੀ ਜ਼ਮੀਨਾਂ 'ਚ ਜਿਹਾ ਲਬਾ ਕਿਉਂ ਸ਼ੇਖ ਅਬਦੁੱਲਾਹ ਸਾਹਿਬ ਆਖਦੇ ਹੀ ਮਾਰੇ ਜਿਹੜਾ ਕੋਈ ਆ ਲਬਾ ਉਹਦਾ ਖੇਤਰ ਕੁੱਥੇ ਨਾ ਰਹਾ ਉਹੜਾ ਫਿਰ ਹੁਣ ਕਿਉਂ ਨਹੀਂ ਸਾਨੂੰ ਬਾਣ ਦਿਆ ਦੇ ਕੁਥਾ ਗਿਆ ਲ 50 ਉਗੜੀ ਜਿਸੇ ਸ਼ੇਖ ਅਬਦੁੱਲਾ ਦੀ ਪਾਰਟੀ ਹੈਗਾ ਲਖਾ ਹੈ ਕਿ ਮਾਰੇ ਇਹ ਜਿਹੜਾ ਟ੍ਰੇਲਰ ਵਾਸਤੇ ਜਿਹੜਾ ਵੀ ਕਿਸਾਨ ਜਿਹੜਾ ਜ਼ਮੀਨ ਬੰਦਾ ਉਹਦੀ ਹੈ ਤੇ ਕਿਉਂ ਨਹੀਂ 70 ਸਾਲਾਂ ਦੇ ਐਮਪਲੀਮੈਂਟ ਹੋਇਆ ਥੇ ਮੇ ਬਾਹਰਾਂ ਜ਼ਮੀਨ ਤੇ ਮੇਰੀ ਕਿਉਂ ਨਹੀਂ ਹੈ ਅੱਜ ਮੇਰੇ ਪੋਤਰੇ ਤੱਕ ਵੀ ਮੇਰੇ ਪੁੱਤਰੇ ਤੱਕ ਵੀ ਲੋਕ ਚਿੰਤਤ ਨੇ ਕਿ ਜਿਸ ਜ਼ਮੀਨ ਪਿਓ ਮੀਗੀ ਦਈਏ ਜਾਦਾ ਦਾਦਾ ਦਈਏ ਜਾਦਾ ਮੇਰੀ ਨਹੀਂ ਹੈ ਨਰਿੰਦਰ ਭਾਈ ਮੋਦੀ ਜੀ ਕੀ ਬੜਾ ਗਹਿਨ ਚਰਚਾ ਕਰਦੇ ਹੋਈ ਔਰ ਜਿਹੜੇ ਇਥੋਂ ਦੇ ਰਾਜਨੀਤਿਕ ਲੋਕ ਨੇ ਉਹਨੇ ਵੀ ਇੱਕ ਜੋਰ ਪਾਣਾ ਚਾਹੀਦਾ ਨੇ ਦੇ ਐਸੀਆਂ ਸਟ੍ਰਾਈਕਾਂ ਇਸ ਮਹਿਕਮੇ ਤੋੜਨੇ ਵਾਸਤੇ ਬਿਲਕੁਲ ਇੱਕ ਮਨਸੂਬਾ ਬਣੀ ਇਹਦਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣੀ ਜਾਦੀ ਹੈ ਕਿ ਜਿਹੜੀ ਸਾਂਬਾ ਦੇ ਅੰਦਰ ਅੱਜ ਦਿਹਾਣੀ ਦੇ ਅੰਦਰ ਲੋਕ ਆਈਏ ਨੇ ਅੱਜ ਜਤਵਾਲ ਦੇ ਅੰਦਰ ਲੋਕ ਆਈਏ ਨੇ ਅੱਜ ਚੋਹਾਲੇ ਦੇ ਅੰਦਰ ਲੋਕ ਆਈਏ ਨੇ ਅੱਜ ਸਹੀ ਜਾਈਏ ਨੇ ਰਾਮਗੜ੍ਹ ਆਈਏ ਨੇ ਸਰਾਇ ਸੁਚੇਗਰ ਸਤਵਲੀ ਫਲੋਰਾ ਮੋਟੈਂਡਿਆ ਨੇ ਕੰਗੇ ਚਾਈਏ ਨੇ ਕਿਉਂ ਆਈਏ ਲੋਕ ਇਸ ਕਰੀ ਆਈਏ ਨੇ ਇਹ ਪਿਛਲੇ ਆਪਣੇ ਰਿਸ਼ਤੇ ਜਗਾ ਦੇ ਕਿ ਮੇਰਾ ਮਾਮਾ ਉਥਰ ਹੁੰਦਾ ਤੇ ਉਹਦਾ ਜਾਗ ਦਿੱਥਾ ਭੋਇਆ ਤੇ ਉਹ ਕਰੀ ਗੰਡ ਟੁੱੜਪ ਕਰੀਏ ਤੇ ਫਿਰ ਮਾਲਕ ਬਣਾ ਦੇ ਮਹਾਰਾਜ ਚਿੰਤਾ ਇਸ ਗੱਲ ਦੀ ਹੈ ਇਹ ਕਾਨੂੰਨ ਵਾਪਸ ਹੋਇਆ ਸਰਹਾਨੀਏ ਕਦਮ ਹੈ ਲੇਕਿਨ ਜੰਮੂ ਕਸ਼ਮੀਰ ਦੇ ਅੰਦਰ ਮਹਿਕਮਾ ਕਸਟੋਡੀਅਨ ਜਬ ਤੱਕ ਖਤਮ ਨਹੀਂ ਕਰਗੇ ਉਸ ਕਿਸਾਨ ਇਤੋਂ ਖੁਸ਼ ਨਹੀਂ ਹੈ ਖੁਸ਼ਹਾਲ ਨਹੀਂ ਹੈ ਅੱਜ ਮੁਆਵਜ਼ੇ ਵਾਸਤੇ ਉਸ ਖੇਤਰੇ ਖੇਤਰੇ ਫਿਰੇ ਹੋ ਲੇਕਿਨ ਸਾਨੂੰ ਪਤਾ ਹੈ ਕਿ ਮਾਲਕ ਜਿਹੜੇ ਨੇ ਉਹਨੇ ਲਾਈਆਂ ਪੂੰਜੀਆਂ ਲਾਈਆਂ ਜਿਹਨੇ ਅੱਧਾ ਪਰ ਲਾਈ ਦੀਆਂ ਨੇ ਜਿਹਨੇ ਕਿਸਾਨੇ ਵਿਚਾਰੇ ਕੋਹਾ ਠੇਕੇ ਪਰ ਲਾਈ ਦੀਆਂ ਨੇ ਸਰਕਾਰ ਕਿਉਂ ਨਹੀਂ ਪੁੱਛਾ ਦੀ ਇੱਥੇ ਦੋਲਣ ਕੀ ਬਲਕਾ ਦੇ ਕਿ ਅਗਰ ਮੈਂ ਤੁਹਾਡੀ ਜ਼ਮੀਨ ਬਾਣਾ ਤੇ ਮਹਾਰਾਜ ਲਾ ਚੈੱਕ ਆਣਾ ਤੇ ਸਰਿੰਦਰ ਸਾਗਰ ਦੇ ਨਾਮ ਪਰ ਜਾਣਾ ਹੈ ਤੇ ਮੈਂ ਬਾਣੇ ਵਾਲਾ ਮੈਂ ਬਾਹਰ ਬੈਠੇ ਦਾ ਮੇਰੇ ਨਾਮ ਪਰ ਕੁਝ ਨਹੀਂ ਮਿਲਣਾ ਜਿਹਨੇ ਲਾਈ ਦੀ ਮੁੰਜੀ ਤੇ ਫਿਰ ਇਹ ਅਦੋਲਨ ਕਾ ਕਰਾਣਾ ਚਾਹੁੰਦੇ ਨਾ ਬੜਾ ਸੋਚਣੇ ਪੋਣਾ ਹੈ ਔਰ ਜੰਮੂ ਕਸ਼ਮੀਰ ਸਰਕਾਰ ਜਿਹੜੀ ਐਲ ਜੀ ਸਾਹਿਬ ਦੀ ਕਿਆਦਤ ਚ ਇਥਾ ਹੋਦੀ ਹੈ ਉਹ ਜਿਸ ਪੂਰਾ ਮੋਨੀਟਰ ਕੇਂਦਰ ਸਰਕਾਰ ਕਰਾ ਦੀ ਹੈ ਔਰ ਇਥੋਂ ਦੇ ਜਿਹੜੇ ਐਗਰੀਕਲਚਰ ਸੈਕਟਰ ਦੇ ਬੜੇ ਅਫਸਰ ਨੇ ਬਹੁਤ ਅੱਛਾ ਕੰਮ ਕਰਾ ਦੇਣ ਲੇਕਿਨ ਸੋਚ ਕਰੋ ਇਸ ਮਹਿਕਮੇ ਦੀ ਜਿੰਜਰ ਤੱਕ ਤੁਸੀਂ ਕਸਟੋਡੀਅਨ ਮਹਿਕਮੇ ਨਹੀਂ ਡਵਾਇਆ ਲੋਕ ਇੰਨੇ ਖੁਸ਼ ਨੇ ਜੇ ਤੁਹਾਡੇ ਫਰੈਂਡ ਧੰਨਵਾਦ ਜੀ ਸਰਕਾਰ ਨੇ ਬੇਸ਼ੱਕ ਕ੍ਰਿਸ਼ੀ ਕਾਨੂੰਨ ਨੇ ਵਾਪਸ ਲੈ ਲੈਤਾ ਪਰ ਸਰਕਾਰ ਦੀ ਬਖੀ ਦਾ ਕਰਸਾਨੀ ਦੀ ਭਲਾਈ ਦੇ ਬਿਹਤਰੀ ਕਿਤੇ ਜਿਹੜੀਆਂ ਸਕੀਮਾਂ ਚਲਾਈਆਂ ਜਾ ਕਰਦੀਆਂ ਉਹ ਲਗਾਤਾਰ ਜਾਰੀ ਨੇ ਤੇ ਅੱਗੇ ਵੀ ਇਆਂ ਗੇ ਜਾਰੀ ਰਾਵਾਂਗੇ